ਕਰਨ ਦੀ ਮੌਤ ਦੇ 8 ਦਿਨ ਬਾਅਦ ਕਤਲ ਦਾ ਕੇਸ ਦਰਜ ਪਾਤਰਾ ਪੁਲਿਸ ਥਾਣੇ ਦੇ ਵਿੱਚ ਧਾਰਾ 302 ਦੇ ਤੇ 114 ਦੇ ਤਹਿਤ FIR ਦਰਜ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ FIR ਦਰਜ ਹੋਣ ਤੋਂ ਬਾਅਦ ਦੀ ਰਾਤ ਸ਼ੁਭ ਕਰਨ ਦਾ ਕੀਤਾ ਗਿਆ ਪੋਸਟਮਾਰਟਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵਿਸ਼ੇਸ਼ ਪੈਨਲ ਨੇ ਕੀਤਾ ਹੈ ਪੋਸਟਮਾਰਟਮ ਸ਼ੁਭ ਕਰਨ ਦਾ ਅੱਜ ਦੁਪਹਿਰ 2 ਵਜੇ ਤੋਂ ਬਾਅਦ ਕੀਤਾ ਜਾਵੇਗਾ ਅੰਤਿਮ ਸੰਸਕਾਰ ਰਾਮਪੁਰਾ ਫੂਲ ਦੇ ਪਿੰਡ ਬੱਲੂ ਦੇ ਵਿੱਚ ਕੀਤਾ ਜਾਏਗਾ ਸੰਸਕਾਰ ਪਹਿਲਾਂ ਖਨੌਰੀ ਬਾਰਡਰ ਤੇ ਲਿਜਾਈ ਜਾਏਗੀ ਮ੍ਰਿਤਕ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਦਿੱਤੀ ਜਾਏਗੀ ਸ਼ਰਧਾਂਜਲੀ FIR ਦਰਜ ਹੋਣ ਤੋਂ ਬਾਅਦ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਹਾਈਵੇ ਤੇ ਲੱਗਿਆ ਧਰਨਾ ਖਤਮ ਦੇ ਰਾਤ ਹੀ ਕਿਸਾਨਾਂ ਨੇ ਚੁੱਕਿਆ ਧਰਨਾ ਪਿਛਲੇ 3 ਦਿਨਾਂ ਤੋਂ ਬਠਿੰਡਾ ਚੰਡੀਗੜ੍ਹ ਧਰਨੇ ਤੇ ਬੈਠੇ ਹੋਏ ਸਨ ਕਿਸਾਨ ਦਿੱਲੀ ਕੂਚ ਤੇ ਅੱਜ ਕਿਸਾਨ ਜਥੇਬੰਦੀਆਂ ਕਰਨਗੀਆਂ ਅਗਲੀ ਰਣਨੀਤੀ ਦਾ ਐਲਾਨ 21 ਫਰਵਰੀ ਨੂੰ ਸ਼ੁਭਕਰਨ ਦੀ ਮੌਤ ਤੋਂ ਬਾਅਦ ਟਾਲਿਆ ਸੀ ਦਿੱਲੀ ਕੂਚ ਜੋਗਿੰਦਰ ਉਗਰਾਹਾਂ ਦੀ ਮੋਰਚੇ ਨੂੰ ਸਲਾਹ ਦਿੱਲੀ ਕੂਚ ਕਰਨ ਤੋਂ ਪਹਿਲਾਂ 100 ਵਾਰ ਸੋਚੋ ਕਿਹਾ ਬੈਰੀਕੇਡ ਤੋੜਨੇ ਇੰਨੇ ਸੌਖੇ ਨਹੀਂ ਆਪਸੀ ਧੜੇਬੰਦੀ ਦੇ ਨਾਲ ਅੰਦੋਲਨ ਹੁੰਦਾ ਕਮਜ਼ੋਰ ਕਿਸਾਨ ਅੰਦੋਲਨ ਦੇ ਵਿੱਚ ਹੁੜਦੰਗ ਮਚਾਉਣ ਵਾਲਿਆਂ ਤੇ ਸਖਤੀ ਦੇ ਰੋਂ ਦੇ ਵਿੱਚ ਹਰਿਆਣਾ ਸਰਕਾਰ ਹਰਿਆਣਾ ਦੇ ਨੌਜਵਾਨਾਂ ਦੇ ਵੀਜ਼ਾ ਤੇ ਪਾਸਪੋਰਟ ਰੱਦ ਕਰਾਉਣ ਦੀ ਤਿਆਰੀ ਕੈਮਰੇ ਦੇ ਵਿੱਚ ਕੈਦ ਹੋਏ ਨੌਜਵਾਨਾਂ ਦੇ ਖਿਲਾਫ ਹੋਏਗਾ ਐਕਸ਼ਨ ਖਨੌਰੀ ਬਾਰਡਰ ਤੇ ਜ਼ਖਮੀ ਹੋਏ ਪ੍ਰਤਪਾਲ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਮੰਗੀ ਜਾਣਕਾਰੀ ਰੋਹਤਕ ਤੇ ਚੰਡੀਗੜ੍ਹ PGI ਤੋਂ ਮੰਗੀ ਰਿਪੋਰਟ ਕਿਹਾ ਕੋਰਟ ਨੂੰ ਦੱਸਿਆ ਜਾਵੇ ਪ੍ਰਤਪਾਲ ਨੂੰ ਕਿਵੇਂ ਲੱਗੀਆਂ ਸੱਟਾਂ ਪੱਛਮੀ ਬੰਗਾਲ ਦੇ ਬਹੁਚਰਚਿਤ ਸੰਦੇਸ਼ ਖਾਲੀ ਕੇਸ ਦਾ ਮੁੱਖ ਮੁਲਜ਼ਮ TMC ਨੇਤਾ ਸ਼ਾਹਜਹਾਂ ਸ਼ੇਖ ਗ੍ਰਿਫਤਾਰ ਕਰੀਬ 2 ਮਹੀਨੇ ਤੋਂ ਚੱਲ ਰਿਹਾ ਸੀ ਫਰਾਰ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦਾ ਹੈ ਮੁਲਜ਼ਮ ਲੋਕ ਸਭਾ ਚੋਣਾਂ ਦੇ ਲਈ ਅੱਜ ਆ ਸਕਦੀ ਹੈ BJP ਦੀ ਪਹਿਲੀ ਲਿਸਟ ਦਿੱਲੀ ਦੇ ਵਿੱਚ ਸ਼ਾਮ 6 ਵਜੇ ਹੋਏਗੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਕਰੀਬ 100 ਉਮੀਦਵਾਰਾਂ ਦਾ ਹੋ ਸਕਦਾ ਹੈ ਐਲਾਨ ਪੰਜਾਬ ਭਾਜਪਾ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ ਦਾ ਐਲਾਨ ਸੁਨੀਲ ਚਾਖੜ ਨੂੰ ਬਣਾਇਆ ਇੰਚਾਰਜ 38 ਵੱਖ ਵੱਖ ਪੈਨਲਾਂ ਦਾ ਵੀ ਕੀਤਾ ਗਠਨ ਹਿਮਾਚਲ ਪਹੁੰਚੇ ਕਾਂਗਰਸ ਦੇ ਆਬਜ਼ਰਵਰਾਂ ਨੇ ਵਿਧਾਇਕਾਂ ਤੋਂ ਲਈ ਫੀਡਬੈਕ ਜਲਦ ਹਾਈਕਮਾਨ ਨੂੰ ਸੌਂਪੀ ਜਾਏਗੀ ਰਿਪੋਰਟ ਮੀਟਿੰਗ ਤੋਂ ਬਾਅਦ ਬੋਲੇ CM ਸੁੱਖੂ ਸਰਕਾਰ ਨੂੰ ਕੋਈ ਖਤਰਾ ਨਹੀਂ ਵਿਕਰਮਾਦਿੱਤਯ ਦੀ ਅਸਤੀਫੇ ਤੇ ਸਸਪੈਂਸ ਅਸਤੀਫਾ ਵਾਪਸ ਲੈਣ ਦੀਆਂ ਖਬਰਾਂ ਨੂੰ ਵਿਕਰਮਾਦਿੱਤਯ ਨੇ ਨਕਾਰਿਆ ਕਿਹਾ ਮੇਰਾ ਅਸਤੀਫਾ ਹਾਲੇ ਵੀ ਬਰਕਰਾਰ ਪਰ ਅਜੇ CM ਤੇ ਨਹੀਂ ਬਣਾਵਾਂਗਾ ਮਨਜ਼ੂਰ ਕਰਨ ਲਈ ਦਬਾ ਕਾਂਗਰਸ ਦੇ 6 ਬਾਗੀ ਵਿਧਾਇਕਾਂ ਦੀ ਡਿਸਕੁਆਲੀਫਿਕੇਸ਼ਨ ਤੇ ਹਿਮਾਚਲ ਦੇ ਸਪੀਕਰ ਨੇ ਰਿਜ਼ਰਵ ਰੱਖਿਆ ਫੈਸਲਾ ਬਾਗੀ ਵਿਧਾਇਕਾਂ ਦੇ ਵੱਲੋਂ ਸਮਾਂ ਦੇਣ ਦੀ ਮੰਗ ਸਪੀਕਰ ਨੇ ਨਹੀਂ ਕੀਤੀ ਮਨਜ਼ੂਰ ਪੰਜਾਬ ਨੂੰ ਅੱਜ ਮਿਲੇਗਾ ਸੂਬੇ ਦਾ ਪਹਿਲਾ ਲੀਵਰ ਹਸਪਤਾਲ CM ਮਾਨ ਮੋਹਾਲੀ ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲਰੀ ਸਾਇੰਸਿਸ ਦਾ ਕਰਨਗੇ ਉਦਘਾਟਨ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾ ਇੰਸਟੀਚਿਊਟ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ 5 ਸਾਲ ਦਾ ਕਾਰਜਕਾਲ ਪੂਰੀਆਂ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਭੰਗ ਨਵੀਂ ਪੰਚਾਇਤ ਚੁਣਨ ਤੱਕ ਅਧਿਕਾਰੀ ਦੇਖਣਗੇ ਪੰਚਾਇਤਾਂ ਦਾ ਕੰਮਕਾਜ ਪਿਛਲੇ ਸਾਲ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ ਚੰਡੀਗੜ੍ਹ ਦੇ ਵਿੱਚ ਸੀਨੀਅਰ ਅਤੇ ਡਿਪਟੀ ਮੇਅਰ ਦੇ ਲਈ ਨੋਮੀਨੇਸ਼ਨ ਭਰਨ ਦਾ ਅੱਜ ਆਖਰੀ ਦਿਨ ਕਾਂਗਰਸ ਅਤੇ ਆਪ ਗਠਜੋੜ ਦੇ ਉਮੀਦਵਾਰਾਂ ਨੇ ਕੱਲ੍ਹ ਦਾਖਲ ਕੀਤੇ ਸਨ ਪਰਚੇ ਅੱਜ BJP ਉਮੀਦਵਾਰ ਭਰਨਗੇ ਪਰਚੇ 4 ਮਾਰਚ ਨੂੰ ਹੋਏਗੀ ਵੋਟਿੰਗ ਪੰਜਾਬੀ ਗੀਤਕਾਰ ਬੰਟੀ ਬੈਂਸ ਮਾਮਲੇ ਦੇ ਵਿੱਚ ਨਵੀਂ CCTV ਆਈ ਸਾਹਮਣੇ ਫਾਇਰਿੰਗ ਤੋਂ ਪਹਿਲਾਂ ਹਮਲਾਵਰ ਮੋਹਾਲੀ ਦੇ ਸੈਕਟਰ 79 ਦੇ ਰੈਸਟੋਰੈਂਟ ਦੇ ਬਾਹਰ ਰੇਕੀ ਕਰ ਰਹੇ ਸਨ ਇਸੇ ਰੈਸਟੋਰੈਂਟ ਦੇ ਬਾਹਰ ਹੋਈ ਸੀ ਫਾਇਰਿੰਗ ਮੋਹਾਲੀ ਦੇ ਚੱਪੜਚਿੜੀ ਦੇ ਨੇੜੇ UP ਦੇ ਗੈਂਗਸਟਰ ਬਨਵਾਰੀ ਦਾ ਐਨਕਾਊਂਟਰ ਪੈਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਬਾਅਦ ਦੇ ਵਿੱਚ ਕੀਤਾ ਗਿਆ ਕਾਬੂ ਪੰਜਾਬੀ ਗਾਇਕ ਦੀ ਕਰ ਰਿਹਾ ਸੀ ਰੇਕੀ ਚੰਡੀਗੜ੍ਹ ਪੁਲਿਸ ਨੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਗੈਂਗਸਟਰ ਭੂਪੀ ਰਾਣਾ ਨੂੰ ਮਾਰਨ ਆਏ ਸੀ ਦੋਵੇਂ ਸ਼ੂਟਰ ਪੇਸ਼ੀ ਦੌਰਾਨ ਅਦਾਲਤ ਦੇ ਵਿੱਚ ਲੈਣੀ ਸੀ ਗੈਂਗਸਟਰ ਦੀ ਜਾਨ ਗੁਜਰਾਤ ਦੀ ਪੋਰਬੰਦਰ ਪੋਰਟ ਦੇ ਨੇੜੇ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਗੁਜਰਾਤ ATS ਤੇ ਇੰਡੀਅਨ ਕੋਸਟ ਗਾਰਡ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ 3000 ਕਿਲੋ ਨਸ਼ਾ ਕੀਤਾ ਜ਼ਬਤ ਨਸ਼ੇ ਦੇ ਸਨੇਕ ਬੇੜੀ ਤੇ 4 ਕਰੂ ਮੈਂਬਰ ਵੀ ਕਬ ਬਠਿੰਡਾ ਦੇ ਵਿੱਚ 2 ਧਿਰਾਂ ਦੇ ਵਿਚਾਲੇ ਜ਼ਬਰਦਸਤ ਝਗੜਾ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਪੱਥਰਾਂ ਦੇ ਨਾਲ ਇੱਕ ਦੂਜੇ ਤੇ ਕੀਤਾ ਹਮਲਾ ਦੁਕਾਨਦਾਰਾਂ ਦੇ ਵਾਹਨਾਂ ਦੀ ਵੀ ਕੀਤੀ ਗਈ ਭੰਨਤੋੜ ਤਰਨਤਾਰਨ ਦੇ ਨੌਸ਼ਹਿਰਾ ਪੰਨੂਆ ਇਲਾਕੇ ਦੇ ਵਿੱਚ ਕੱਪੜਾ ਵਪਾਰੀ ਦੀ ਦੁਕਾਨ ਤੇ ਫਾਇਰਿੰਗ ਵਾਲ ਵਾਲ ਬਚੀ ਦੁਕਾਨਦਾਰ ਦੀ ਜਾਨ 20 ਲੱਖ ਰੁਪਏ ਦੀ ਮੰਗੀ ਗਈ ਸੀ ਰੰਗਦਾਰੀ ਤਰਨਤਾਰਨ ਚ ਗਨ ਹਾਊਸ ਤੋਂ ਵੱਡੀ ਚੋਰੀ 2 ਦੁਕਾਨਾਂ ਦੀ ਕੰਧ ਪਾੜ ਕੇ ਬੜੇ ਚੋਰ 17 ਰਾਈਫਲਾਂ 5 ਪਿਸਤੌਲਾਂ ਦੇ ਸਣੇ ਕਾਰਤੂਸ ਲੈ ਗਏ ਚੋਰ ਬਾਬਾ ਬਕਾਲਾ ਦੇ ਵਿੱਚ ਤੇਜ਼ ਰਫ਼ਤਾਰੀ ਨੇ ਲਈ ਨੌਜਵਾਨ ਦੀ ਜਾਨ ਟਰਾਲੇ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਸਕੂਟਰ ਦੇ ਨਾਲ ਭਿੜੇ ਬਾਈਕ ਸਵਾਰ 1 ਦੀ ਮੌਤ 2 ਗੰਭੀਰ ਜ਼ਖਮੀ ਗੜਸ਼ੰਕਰ ਦੇ ਨੇੜੇ ਮਾਹਿਲਪੁਰ ਦੇ ਪਿੰਡ ਪਾਲਦੀ ਕੋਲ ਟੈਂਕਰ ਦੇ ਨਾਲ ਟਕਰਾਈ ਕਾਰ ਹਾਦਸੇ ਵਿੱਚ ਇੱਕ ਮਹਿਲਾ ਸਮੇਤ 2 ਵਿਅਕਤੀ ਹੋਏ ਜ਼ਖਮੀ ਟੱਕਰ ਤੋਂ ਬਾਅਦ ਕਾਰ ਦੇ ਖੁੱਲੇ ਦੋਵੇਂ ਏਅਰਬੈਗ ਫਾਜ਼ਿਲਕਾ ਦੇ ਬੱਲੂਆਣਾ ਦੇ ਵਿੱਚ ਕਈ ਪਿੰਡਾਂ 'ਚ ਸੋਲਰ ਪਲਾਂਟ ਚੋਰੀ ਇੱਕ ਹੀ ਰਾਤ ਦੇ ਵਿੱਚ 20 ਤੋਂ ਵੱਧ ਸੋਲਰ ਪਲਾਂਟਾਂ ਤੇ ਚੋਰਾਂ ਨੇ ਕੀਤਾ ਹੱਥ ਸਾਫ਼ ਸੋਲਰ ਪਲਾਂਟਾਂ ਦੀਆਂ ਤਾਰਾਂ ਕੱਟ ਕੇ ਲੈ ਗਏ ਚੋਰ ਲੁਧਿਆਣਾ ਦੇ ਜਮਾਲਪੁਰ ਦੇ ਵਿੱਚ ਚੋਰ ਗਿਰੋਹ ਦਾ ਪਰਦਾਫਾਸ਼ ਮੁਲਜ਼ਮਾਂ ਤੋਂ 7 ਮੋਟਰਸਾਈਕਲ ਤੇ 5 ਮੋਬਾਈਲ ਬਰਾਮਦ ਹੁਣ ਤੱਕ 50 ਦੇ ਕਰੀਬ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਮੁਲਜ਼ਮ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਬੇਸੁੱਧ ਹਾਲਤ 'ਚ ਮਿਲੀ ਲੜਕੀ ਲੋਕਾਂ ਦੇ ਵੱਲੋਂ ਲੜਕੀ ਤੇ
नशे दे विच होंदा जताया जा रहा शक, बेसुध हालत च लड़की नूं पहुंचाया गया हस्पताल। गुरदासपुर के पिंड भंगवा दे विच एक मंदिर दे पुजारी दे नाल कुटमार, इलाका वासियों ने कुछ व्यक्तियों से लगाया इल्जाम। कार्रवाई की मांग नूं लैके SSP दफ्तर के बाहर किया प्रदर्शन। NHAI ने फास्टैग के नियमों च किया बदलाव, KYC नूं अपडेट कराउण दा अज आखिरी दिन, KYC अपडेट न करन ते फास्टैग होगा ब्लैकलिस्ट। तख्त श्री हजूर साहब लई हिरन दिल्ली तो जल्द शुरू होगी सीधी फ्लाइट, गुरुद्वारा सचखंड बोर्ड नांदेड़ के प्रबंधक डॉ विजय सतबीर सिंह ने दी जानकारी। केंद्र सरकार ने मार्च तो हजूर साहब नांदेड़ के लिए हवाई सेवा शुरू करने का किया फैसला। डिजनी ते स्टार नेटवर्क की रिलायंस के वड्डी डील, 11,500 करोड़ रुपए का निवेश करेगी रिलायंस। नीता अंबानी होंगे ज्वाइंट वेंचर के चेयरपर्सन। अनंत अंबानी ते राधिका मर्चेंट की प्री वैडिंग सैरेमनी की शुरुआत, अन्न सेवा तहत अंबानी परिवार ने लोगों नु परोसिया खाना, 51,000 लोगों खाना खुआएगा परिवार। अमृतसर दे विच बनिया दुनिया का सब तो वड्डा परौंठा, रंगला पंजाब प्रोग्राम च बनाया गया 37.5 किलो का मेथी का परौंठा, गिनेस बुक ऑफ रिकॉर्ड दे विच कीता गया शामिल। चंडीगढ़ समेत पंजाब ते हरियाणा दे विच मुड़ बदलेगा मौसम का मिजाज, कल तो 2 मार्च तक तेज हवावां दे नाल पएगा मीह। मौसम विभाग के वलों येलो ते ओरेंज अलर्ट जारी। अमृतसर तो अयोध्या के लिए रवाना हुई ट्रेन, स्टेशन से श्रद्धालुओं ने लगाए जय श्री राम के नारे, 6 मार्च को फिर अयोध्या जाएगी ट्रेन। हुशियारपुर के पिंड मोना कला के तरनजीत सिंह ने पेश की ईमानदारी की मिसाल, हिमाचल के व्यक्ति को वापस किया नोटा वाला बैग, हुशियारपुर की मुख दाणा मंडी के 23 फरवरी को मिला बैग।